ਅਧਿਸਤ ਤਸਵੀਰਾਂ ਦੇ ਵਿੱਚ। ਦੂਜੇ ਪਾਸੇ ਆ ਜਿਹੜੀ ਆ ਤਿਆਰ ਹੋਏ ਨੇ ਅਧਿਸਤ ਕਿ ਸੂਟ, ਇਹ ਧੂੰਏ ਤੋਂ ਬਚਣ ਵਾਸਤੇ ਜਦੋਂ ਅਥਰੂ ਗੈਸ ਸੁੱਟੇ ਜਾਂਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ। ਭਾਜੀ ਜਿਹੜੇ ਬੰਬ ਅਥਰੂ ਗੈਸ ਛੱਡਦੇ ਆ ਉਹ ਤਾਂ ਅਸੀਂ ਕੱਲ ਖਿਡੌਣਿਆਂ ਵਾਂਗੂ ਖੇਡੇ ਆ, ਜਿਹੜੇ ਸ਼ਰੇਆਮ ਵੱਡੇ ਬਣੀਆਂ ਐਸਾ ਲਾਰਦੀਆਂ ਗੋਲੀਆਂ ਮਾਰਦੇ ਆ, ਉਹ ਤੋਂ ਹੀ ਸਾਨੂੰ ਡਰ ਆ। ਬਾਕੀ ਸਾਨੂੰ ਆੜੇ ਖਿਡੌਣੇ ਖਿਡਾਣੇ ਜਿਹੜੇ ਧੂੰਏ ਵਾਲੇ ਬੰਬਿਆਂ ਤੋਂ ਕੋਈ ਡਰ ਨਹੀਂ ਆ। ਇਹ ਸਰਕਾਰ ਨੇ ਜ਼ਿਲ੍ਹਿਆਂ ਵਾਲਾ ਬਾਗ ਤੋਂ ਵੀ ਮਾੜਾ ਹਾਲ ਕੀਤਾ। ਇੱਦਾਂ ਕਿਸੇ ਵੀ ਇੰਡੀਆ ਲਾ ਲਓ ਜਾਂ ਵਰਲਡ ਦੀ ਸਰਕਾਰ ਨਹੀਂ ਇੱਦਾਂ ਕਰਦੀ ਜਿੰਨਾ ਇਹ ਹਰਿਆਣੇ ਸਰਕਾਰ ਨੇ ਸਾਡਾ ਜ਼ੁਲਮ ਢਾਇਆ ਕੱਲ ਦਾ। ਸਿੱਧੀਆਂ ਗੋਲੀਆਂ ਦਾ ਤਾਂ ਕੋਈ ਵੀ ਨਹੀਂ ਭਾਜੀ, ਅਸੀਂ ਕਿਹੜਾ ਵੀ ਮਗਰੋਂ ਸਾਡਾ ਸੈਂਟਰ ਦਾ ਹੱਥ ਆ ਵੀ ਅਸੀਂ ਆਪਣੇ ਘਰੋਂ ਥੋੜ੍ਹਾ ਗੋਲੀਆਂ ਲੈ ਕੇ ਆ। ਅਸੀਂ ਸਿਰਫ ਆਏ ਹਾਂ ਸ਼ਾਂਤਮਈ ਆਏ ਹਾਂ, ਪਰ ਇਹਨਾਂ ਨੇ ਗੋਲੀਆਂ ਇੰਨੀਆਂ ਜ਼ਿਆਦੀਆਂ ਚਲਾਈਆਂ ਜਿਹੜੀਆਂ ਜੇ ਬੰਬ ਆ ਨਾ ਇਹਨਾਂ ਦੀ ਸਾਨੂੰ ਡਰ ਕੋਈ ਨਹੀਂ ਆ। ਉਹਦੇ ਕਰਕੇ ਥੋੜ੍ਹੀ ਜਿਹੀ ਤਿਆਰੀ ਕੀਤੀ ਆ, ਬੈਰੀਕੇਡ 'ਤੇ ਤਿਆਰੀ ਕੀਤੀ, ਸਿਰਫ ਸਾਨੂੰ ਇਹ ਵੀ ਸਿੱਧੀਆਂ ਗੋਲੀਆਂ ਚਲਾਉਣ ਡਿਆ ਵੀ ਸਿੱਧੀਆਂ, ਅਜੇ ਵੀ ਖੋਖਲ ਪਏ ਉੱਥੇ ਸਾਰੇ ਪਏ ਆ। ਇਹਨਾਂ ਦੀ ਤਿਆਰੀ ਫੁੱਲ ਸੀ ਵੀ ਇਹਨਾਂ ਦੇ ਗੋਲੀਆਂ ਚਲਾਉਣੀਆਂ, ਮੈਂ ਇੱਦਾਂ ਇਹਨਾਂ ਨੂੰ ਤਹਿਸ ਨਹਿਸ ਕਰਨਾ, ਪੈਰਾਂ 'ਚ ਗੋਲੀਆਂ ਕੀ, ਸਾਡੇ ਜ਼ਖਮੀ ਜਿਹੜੇ ਵੀਰ ਹੋਏ ਆ ਨਾ ਟਾਈਟਰ ਦੇ ਟਾਇਰਾਂ 'ਚ ਵੀ ਗੋਲੀਆਂ, ਨੁਕਸਾਨ ਵੀ ਸਾਡਾ ਕੀਤਾ ਬਹੁਤ ਜ਼ਿਆਦਾ, ਅਤੇ ਸਿਰਫ ਅਸੀਂ ਸ਼ਾਂਤਮਈ ਨਾ। ਫਿਰ ਵੀ ਇਹ ਆਪਣੇ ਉੱਧਰੋਂ ਪੱਥਰ ਚਲਾ ਕੇ ਅਤੇ ਵੀਡੀਓ ਬਣਾਉਂਦੇ ਆ ਵੀ ਅਸੀਂ ਜੀ ਅਸੀਂ ਤੁਸੀਂ ਪੱਥਰ ਮਾਰਨ ਡੇ ਜੇ, ਪੱਥਰ ਕਿਹੜੇ ਘਰੋਂ ਲੈ ਕੇ ਆਏ ਸਾਡੀਆਂ, ਜੇ ਟਰਾਲੀਆਂ ਵੇਖ ਲਓ ਕਿ ਜੇ ਪੱਥਰ ਪਿਆ ਹੋਵੇ ਜਾਂ ਕਿਰਪਾਨ ਪਈ ਹੋਵੇ ਕਿਸੇ ਵੀ ਚੀਜ਼ ਦਾ ਅਸਲਾ ਪਿਆ ਹੋਵੇ, ਝੰਡਿਆਂ ਤੋਂ ਬਗੈਰ ਸਾਡੇ ਕੋਈ ਚੀਜ਼ ਨਹੀਂ ਹੈਗੀ, ਜਾਂ ਰਾਸ਼ਨ ਪਾਣੀ ਹੈਗਾ ਜਾਂ ਚਾਹੁਣ ਤਾਂ ਰਾਸ਼ਨ ਪਾਣੀ 'ਤੇ ਵੀ ਕਬਜ਼ਾ ਕਰ ਸਕਦੇ ਆ। ਐਡੀਆਂ ਗੰਦੀ ਸਰਕਾਰ ਆ, ਸਭ ਤੋਂ ਜ਼ਿਆਦਾ ਨੁਕਸਾਨ ਇਹ ਹਰਿਆਣੇ ਸਰਕਾਰ ਦਾ ਜ਼ਿਆਦਾ ਹੱਥ ਆ, ਇਹ ਕਿਤੇ ਨਾ ਕਿਤੇ ਤਾਂ ਦੇਣੀਆਂ ਵੀ ਪੈਣੀਆਂ ਇਹਨਾਂ ਨੂੰ, ਬੜੇ ਜ਼ੁਲਮ ਝੱਲਦੇ ਆਏ ਹਾਂ ਅਤੇ ਝੱਲਦੇ ਰਹਾਂਗੇ, ਡਰਾਂਗੇ ਨਹੀਂ। ਮਰਨਾ ਮਨਜ਼ੂਰ ਸਾਨੂੰ, ਸ਼ਹੀਦ ਹੋ ਜਾਵਾਂਗੇ। ਡਾਕਟਰ ਸਾਹਿਬ ਦੇ ਅੱਖ ਦੇ ਵਿੱਚ ਕੱਲ ਵੱਜਾ ਜੀ ਪੱਥਰ, ਜਦੋਂ ਉਹ ਗੋਲੀ ਚਲਾਉਂਦੇ ਵਿੱਚ ਕੈਂਕਰਾਂ ਆਉਂਦੀਆਂ ਸੀ, ਇਹਨਾਂ ਦੇ ਅੱਖ ਦੇ ਵਿੱਚ ਵੱਜਾ, ਸਾਡੇ ਵੀ ਸਰੀਰਾਂ ਦੇ ਵੱਜੇ, ਪਰ ਇਹ ਆ ਵੀ ਅੱਖਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਵਾ, ਜਾਂ ਰਬੜ ਦੀਆਂ ਗੋਲੀਆਂ ਨਾਲ ਮੁੰਡਿਆਂ ਦੇ ਇੱਥੇ ਲੱਤਾਂ ਜਿਹੜੀਆਂ ਲੱਤਾਂ ਪਾਟੀਆਂ ਜੀ। ਬਿਲਕੁਲ ਜੀ, ਹੁਣ ਕਿਸਾਨ ਅੱਗੇ ਵੱਧ ਚੁੱਕੇ ਨੇ, ਸਰਵਨ ਸਿੰਘ ਪੰਦੇਰ ਵੀ ਇਸੇ ਕਾਫਲੇ ਦੇ ਨਾਲ ਅੱਗੇ ਵਧੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਵੀ ਹੁਣ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।